ਫੇਸ ਪਹੁੰਚੀ ਆ, ਰਾਮ ਜੀ ਨੂੰ ਗਲਤ ਸ਼ਬਦਾਵਲੀ ਵਰਤੀ ਆ। ਸ਼ਬਦ ਬੋਲੇ ਨੇ ਜੋ ਸਹਿਣਯੋਗ ਨਹੀਂ ਹਨ। ਨਹੀਂ ਇਹਦਾ ਮਤਲਬ ਗਲਤ ਬੋਤਰਾ ਬਰੂ ਐਫ ਆਈ ਆਰ ਦਰਜ ਕੀਤੀ ਜਾਵੇ ਇਸ ਬੰਦੇ। ਆਪਣੀਆਂ ਦੁਕਾਨਾਂ ਬੰਦ ਕਰਕੇ ਸੜਕ ਉੱਤੇ ਉਤਰ ਆਏ ਅਤੇ ਜੰਮ ਕੇ ਨਾਅਰੇਬਾਜ਼ੀ ਵੀ ਕੀਤੀ ਗਈ। ਦੋਸ਼ੀ ਖਿਲਾਫ ਸਖਤ ਕਾਨੂੰਨੀ ਕਾਰਵਾਈ ਦੀ ਮੰਗ ਰੱਖੀ ਗਈ। ਵਪਾਰੀਆਂ ਦੀ ਮੰਗ ਮੁਤਾਬਕ ਆਰੋਪੀ ਵਿਰੁੱਧ ਪਰਚਾ ਦਰਜ ਹੋਣ ਅਤੇ ਆਰੋਪੀ ਦੀ ਗ੍ਰਿਫਤਾਰੀ ਤੋਂ ਬਾਅਦ ਸੰਘਰਸ਼ ਸਮਾਪਤ ਕੀਤਾ ਜਾਵੇਗਾ। ਉੱਥੇ ਹੀ ਮੌਕੇ ਤੇ ਪੁਲਿਸ ਵੀ ਪਹੁੰਚੀ। ਪੁਲਿਸ ਦੇ ਵੱਲੋਂ ਹਿੰਦੂ ਜਥੇਬੰਦੀਆਂ ਦੀ ਮੰਗ ਮੁਤਾਬਿਕ ਪਰਚਾ ਦਰਜ ਕਰਨ ਦਾ ਭਰੋਸਾ ਦਵਾਇਆ ਗਿਆ। SHO ਧਨੌਲ ਲਖਵਿੰਦਰ ਸਿੰਘ ਦੇ ਵੱਲੋਂ ਜਥੇਬੰਦੀਆਂ ਨੂੰ ਇਹ ਭਰੋਸਾ ਦਵਾ ਦਿੱਤਾ ਗਿਆ ਕਿ ਦੋਸ਼ੀ ਦੇ ਖਿਲਾਫ ਪਰਚਾ ਵੀ ਦਰਜ ਕੀਤਾ ਜਾਏਗਾ ਅਤੇ ਉਸ ਦੀ ਗ੍ਰਿਫਤਾਰੀ ਵੀ ਹੋਏਗੀ। ਕੁਵਾਲ ਸਿੰਘ ਨੇ ਜੀ ਇੱਥੇ, ਉਹਨਾਂ ਨੇ ਸਾਡੀ ਭਾਵਨਾ ਨੂੰ ਠੇਸ ਪਹੁੰਚੀ ਆ, ਰਾਮ ਜੀ ਨੂੰ ਗਲਤ ਸ਼ਬਦਾਵਲੀ ਵਰਤੀ ਆ। ਅਸੀਂ ਪ੍ਰਸ਼ਾਸਨ ਕੋਲ ਬੇਨਤੀ ਲੈ ਕੇ ਆਇਆ ਵੀ ਬੰਦ ਦੀ ਕਾਰਵਾਈ ਕੀਤੀ ਜਾਵੇ, ਨਹੀਂ ਇਹਦਾ ਮਤਲਬ ਟੀਚਾ ਗਲਤ ਬੋਤਰਾ ਪੜੂਗਾ। ਅਗਰਵਾਲ ਸਮਾਜ ਦੀਆਂ ਨੂੰ ਠੇਸ ਪਹੁੰਚਾਈ ਹੈ। ਰਾਮ ਜੀ ਨੂੰ ਬੜੇ ਅਪਸ਼ਬਦ ਬੋਲੇ ਨੇ ਜੋ ਸਹਿਣਯੋਗ ਨਹੀਂ ਹਨ। ਅਸੀਂ ਪ੍ਰਸ਼ਾਸਨ ਨੂੰ ਮੰਗ ਕਰਦੇ ਹਾਂ ਵੀ ਇੱਥੇ ਜੋ ਬੰਦ ਦੀ ਕਾਰਵਾਈ ਉਹ ਕੀਤੀ ਜਾਵੇ, ਨਹੀਂ ਇਸਦਾ ਨਤੀਜਾ ਬਹੁਤ ਗਲਤ ਨਿਕਲੇਗਾ। FIR ਦਰਜ ਕੀਤੀ ਜਾਵੇ ਇਸ ਬੰਦੇ ਦੇ।